ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ। ਕੋਰੋਨਾ ਵਾਇਰਸ ਦਾ ਕਹਿਰ ਪੂਰੇ ਭਾਰਤ ਦੇ ਵਿੱਚ ਜਿਹੜਾ ਜਾਰੀ ਹੈ, ਜਿਸ ਤੋਂ ਬਾਅਦ ਜਿਹੜਾ ਪੂਰੇ ਪੰਜਾਬ ਦੇ ਵਿੱਚ ਕਰਫਿਊ ਹੈ ਅਤੇ ਜਿਸ ਤੋਂ ਬਾਅਦ ਗਰੀਬ ਪਰਿਵਾਰ ਜਿਹੜੇ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ। ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਗਰੀਬਾਂ ਨੂੰ ਰਾਸ਼ਨ ਜਿਹੜਾ ਵੰਡਿਆ ਜਾ ਰਿਹਾ, ਜਿਹੜੇ ਪਿੰਡ ਦੇ ਸਰਪੰਚ, ਪੁਲਿਸ ਪ੍ਰਸ਼ਾਸਨ ਦੇ ਜਿਹੜੇ ਸਹਿਯੋਗ ਦੇ ਨਾਲ ਅਤੇ ਜਿਹੜਾ ਇਹ ਰਾਸ਼ਨ ਜਿਹੜਾ ਗਰੀਬਾਂ ਨੂੰ ਦਿੱਤਾ ਜਾ ਰਿਹਾ। ਜੇਕਰ ਗੱਲ ਕਰਾਂ ਇਸ ਰਾਸ਼ਨ ਦੀ ਤਾਂ ਸਾਡੇ ਨਾਲ ਇਸ ਸੰਸਥਾ ਦੇ ਮੈਂਬਰ ਨੇ, ਉਹਨਾਂ ਗੱਲਬਾਤ ਕਰ ਲੈਂਦੇ ਹਾਂ। ਹਾਂਜੀ, ਕੀ ਨਾਮ ਆ ਅਤੇ ਕੀ ਤੁਹਾਡੀ ਸੰਸਥਾ ਦਾ ਨਾਮ ਆ ਅਤੇ ਕਿੰਨੇ ਕੁ ਲੋਕਾਂ ਨੂੰ ਤੁਸੀਂ ਰਾਸ਼ਨ ਵੰਡ? ਸਾਡੀ ਸੰਸਥਾ ਜੀ ਪਿਛਲੇ 3 ਸਾਲ ਤੋਂ ਵਰਕਆਊਟ ਕਰ ਰਹੀ ਹੈ ਡੇਰਾ ਬਾਬਾ ਨਾਨਕ ਹਲਕੇ ਦੇ ਆਸ ਪਾਸ ਦੇ ਪਿੰਡਾਂ 'ਚ, ਅਨਮੋਲ ਰਤਨ ਵੈਲਫੇਅਰ ਕਲੱਬ, ਚਾਹੇ ਉਹ ਜਿਹੜਾ ਆਪਣਾ ਸਹਿਕਾਰੀ ਸੰਸਥਾ ਜਿਸ ਤਰ੍ਹਾਂ ਹੋਸਪਿਟਲ ਦੇ ਨਾਲ ਅਟੈਚ ਹੈ, ਕਿਸੇ ਨੂੰ ਨੀਡ ਹੈ, ਹਰ ਕਿਸਮ ਦੀ ਅਸੀਂ ਕੈਂਪ ਲਾ ਰਹੇ ਹਾਂ ਪ੍ਰੋਪਰ ਪਿੰਡਾਂ 'ਚ, ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦੀ ਰਹਿਨਮਾਈ ਹੇਠ, ਔਰ ਪ੍ਰੋਪਰ ਜਿਹੜਾ ਵਰਕਆਊਟ ਆਪਾਂ ਜੀ ਕਰਦੇ ਪਏ ਹਾਂ। ਅੱਜ ਵੀ ਜੀ ਅਸੀਂ ਪਿਛਲੇ 3 ਦਿਨ ਤੋਂ ਰਾਸ਼ਨ ਸਾਡਾ ਚੱਲ ਰਿਹਾ, ਪਰਸੋਂ ਸਾਧਾਂ ਵਾਲੀ ਡੇਰਾ ਬਾਬਾ ਨਾਨਕ ਦੇ 150 ਪੈਕਟ ਨਾਲ DSP ਸਾਹਿਬ ਨੂੰ ਲੈ ਕੇ ਅਸੀਂ ਪ੍ਰੋਵਾਈਡ ਕਰਾਏ ਹੈ। ਔਰ ਅੱਜ ਸਾਡੀ ਜਿਹੜੀ ਡਿਊਟੀ ਹੈ ਉਹ ਧਾਰੋ ਵਾਲੀ ਪਿੰਡ ਔਰ ਨਾਲ ਸ਼ਿਕਾਰ ਮਾਸ਼ੀਆਂ ਜੀ, ਉੱਥੇ ਅਸੀਂ 150 ਪੈਕਟ ਦੀ ਸਾਡੀ ਜਿਹੜੀ ਸਪਲਾਈ ਹੈ ਨਿਰੰਤਰ ਜਾਰੀ ਰਹੇਗੀ। ਗੁਡਰਿਕ ਟੀ ਵਾਲੇ ਔਰ ਸਾਡੇ ਸੰਸਥਾ ਦੇ ਨਾਲ ਚੱਲ ਕੇ ਕਦਮ ਨਾਲ ਕਦਮ ਉਠਾ ਕੇ ਜਿਹੜਾ ਕੰਮ ਕਰ ਰਿਹਾ ਜੀ। ਜੀ ਹੋਰ ਕਿੰਨੇ ਕੁ ਲੋਕਾਂ ਨੂੰ ਤੁਸੀਂ ਰਾਸ਼ਨ ਵੰਡਣ ਦਾ ਜਿਹੜਾ ਟੀਚਾ ਮਿੱਥਿਆ? ਸਾਡਾ ਡੇਲੀ ਵਰਕਆਊਟ ਆ ਜੀ, ਡੇਲੀ ਅਸੀਂ  100 ਤੋਂ 150 ਪੈਕਟ ਜਿਹੜਾ ਇਹ ਪਿੰਡਾਂ 'ਚ ਪਹੁੰਚਾਉਣਾ ਹੈ, ਔਰ ਜਿਹੜੀ ਅਗੇਂਸਟ ਕੋਰੋਨਾ ਦੇ ਫਾਈਟ ਜਿਹੜੀ ਆਪਾਂ ਇਹ ਜਿਹੜੀ ਹੈ ਲੜਨੀ ਹੈ ਜੀ। ਜੀ ਕਿਤੇ ਨਾ ਕਿਤੇ ਇਹ ਜਿਹੜਾ ਰਾਸ਼ਨ ਵੰਡ ਰਹੇ ਨੇ ਬਹੁਤ ਗਰੀਬਾਂ ਦਾ ਭਲਾ ਕਰ ਰਹੇ ਨੇ ਅਤੇ ਸਾਡੇ ਨਾਲ ਪ੍ਰਸ਼ਾਸਨ ਦਾ ਇਹਨਾਂ ਦੇ ਨਾਲ ਸਹਿਯੋਗ ਹੈ ਅਤੇ SHO ਸਾਹਿਬ ਵੀ ਨੇ ਕੋਟਲੀ ਸੂਰਤਮੱਲੀ ਤੋਂ। ਹਾਂਜੀ, ਪੁਲਿਸ ਅਕਸਰ ਵੇਖਿਆ ਜਾਂਦਾ ਵੀ ਜਿਹੜੀ ਡੰਡੇ ਨਾਲ ਕਾਨੂੰਨ ਦੀ ਪਾਲਣਾ ਕਰਵਾਉਂਦੀ, ਅੱਜ ਰਾਸ਼ਨ ਵੰਡ ਰਹੇ ਹੋ, ਕੀ ਕਹਿਣਾ? ਹਾਂਜੀ, ਅੱਜ ਅਸੀਂ ਇਹਨਾਂ ਦੇ ਜਿਹੜੇ ਹਾਂਜੀ ਅੱਜ ਜਿਹੜੇ ਨਾ ਅਸੀਂ ਇਹਨਾਂ ਦੇ ਨਾਲ ਆਪਣਾ ਸੰਸਥਾ ਜਿਹੜੀਆਂ ਵੰਡ ਰਹੀਆਂ ਉਹਨਾਂ ਨਾਲ ਜਾ ਕੇ ਹੈਲਪ ਕਰਾ ਕੇ ਅਸੀਂ ਜਿਹੜੇ ਲੋਕਾਂ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ। ਜਿਹੜੇ ਗਰੀਬ ਲੋਕ ਨੇ ਜਿਹੜੇ ਕਿਤੇ ਵੀ ਕੋਈ ਉਹਨਾਂ ਦਾ ਆਮਦਨ ਦਾ ਸਾਧਨ ਨਹੀਂ, ਉਹਨਾਂ ਦੇ ਘਰ ਘਰ ਜਾ ਕੇ ਇਹ ਵੰਡ ਰਹੇ ਨੇ। ਜੇਕਰ ਗੱਲ ਕਰੀਏ ਲਾਅ ਐਂਡ ਆਰਡਰ ਦੀ ਤਾਂ ਕਿੱਦਾਂ ਦੀ ਸਥਿਤੀ ਹੈ ਕੋਟਲੀ ਸੂਰਤਮੱਲੀ ਦੇ ਵਿੱਚ? ਲੋਕ ਘਰਾਂ 'ਚ ਨੇ ਜਾਂ ਨਿਕਲ ਰਹੇ ਨੇ, ਕੀ ਮਾਹੌਲ? ਨਹੀਂ, ਲੋਕ ਘਰਾਂ 'ਚ ਨੇ, ਕੋਈ ਬਾਹਰ ਨਹੀਂ ਨਿਕਲਦਾ, ਲੋਕ ਸਮਝ ਗਏ ਨੇ ਹਰ ਗੱਲ ਨੂੰ ਅਤੇ ਕੋਈ ਇਹੋ ਜਿਹੀ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਕੋਈ? ਕੀ ਤੁਸੀਂ ਕਿਸੇ 'ਤੇ ਕੇਸ ਰਜਿਸਟਰਡ ਕੀਤਾ ਇਸ ਨੂੰ ਲੈ ਕੇ? ਜਿਨ੍ਹਾਂ ਨੇ ਮਤਲਬ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਰੱਖਦਿਆਂ ਜਿਨ੍ਹਾਂ ਨੇ ਕੋਈ ਗਲਤੀਆਂ ਕੀਤੀਆਂ, ਕਿੰਨੇ ਕੇਸ ਕੀਤੇ? 3 ਕੇਸ ਰਜਿਸਟਰਡ ਕੀਤੇ ਨੇ ਜੀ ਪਿਛਲੇ ਦਿਨਾਂ 'ਚ ਜੀ। ਹਾਂਜੀ, ਜਿਹੜੇ ਲੋਕ ਅਜੇ ਵੀ ਨਹੀਂ ਜਿਹੜੇ ਘਰਾਂ 'ਚੋਂ ਨਿਕਲ ਕੇ ਬਾਹਰ ਆ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਸਮਝਾ ਰਹੇ ਹਾਂ ਡੋਰ ਟੂ ਡੋਰ ਜਾ ਕੇ ਵੀ, ਉੱਦਾਂ ਵੀ ਇਹਨਾਂ ਨੂੰ ਅਪੀਲ ਵੀ ਕਰ ਰਹੇ ਹਾਂ ਆਪਾਂ, ਅਤੇ ਲੋਕ ਹੁਣ ਜਿਹੜੇ ਨੇ ਸਮਝ ਗਏ ਨੇ, ਕੋਈ ਇਹੋ ਜਿਹੀ ਗੱਲ ਨਹੀਂ ਆ। ਹਾਂਜੀ ਜੀ ਜੀ, ਸਾਡੇ ਨਾਲ ਇਸ ਪਿੰਡ ਦੇ ਸਰਪੰਚ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਕਿਹੋ ਜਿਹੇ ਪਰਿਵਾਰਾਂ ਨੂੰ ਜਿਹੜਾ ਇਹ ਰਾਸ਼ਨ ਵੰਡਿਆ ਜਾ ਰਿਹਾ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਤੁਹਾਡੇ ਪਿੰਡ 'ਚ ਰਾਸ਼ਨ? ਦਾ ਸਰਪੰਚ ਗ੍ਰਾਮ ਪੰਚਾਇਤ ਧਾਰੋ ਵਾਲੀ, ਇਹ ਜਿਹੜੇ ਲੋਕ ਹੋਏ ਆਸਰਾ ਨੇ ਦਿਹਾੜੀਦਾਰ ਸੀ, ਉਹਨਾਂ ਦੇ ਪਰਿਵਾਰਾਂ ਨੂੰ ਰਾਸ਼ਨ ਇਹ ਸੰਸਥਾ ਵੱਲੋਂ ਲਿਆਂਦਾ ਗਿਆ ਅਤੇ ਦਿੱਤਾ ਗਿਆ। ਅਸੀਂ ਇਸ ਸੰਸਥਾ ਦੇ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਗਰੀਬਾਂ ਦੀ ਆਣ ਕੇ ਔਖੀ ਵਾਲੀ ਘੜੀ ਬਾਂਹ ਫੜੀ ਜੀ। ਤੁਸੀਂ ਸਾਫ਼ ਤੌਰ 'ਤੇ ਵੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਜਿਹੜੇ ਕੰਮ ਕਾਰ ਤੋਂ ਆਵਾਜ਼ਾਰ ਬੈਠੇ ਨੇ ਉਹਨਾਂ ਨੂੰ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ, ਬਹੁਤ ਹੀ ਵਧੀਆ ਜਿਹੜਾ ਉਪਰਾਲਾ ਇਸ NGO ਦੇ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਹੁਣ ਲੋੜ ਹੈ ਹੋਰ ਵੀ ਲੋਕਾਂ ਨੂੰ ਅੱਗੇ ਆ ਕੇ ਗਰੀਬਾਂ ਦੀ ਮਦਦ ਕਰਨ ਦੀ, ਤਾਂ ਕਿ ਇਹ ਜਿਹੜੀ
ਕਰੋਨਾ ਵਾਇਰਸ ਜਿਹੜੀ ਬਿਮਾਰੀ ਹੈ, ਇਸ ਮਹਾਂਮਾਰੀ ਤੋਂ ਜਿਹੜਾ ਲੋਕਾਂ ਨੂੰ ਨਜਾਤ ਮਿਲੇ ਅਤੇ ਲੋਕ ਆਪਣੇ ਘਰਾਂ ਦੇ ਵਿੱਚ ਇਸ ਬਿਮਾਰੀ ਨੂੰ ਖਤਮ ਕਰਨ ਦੇ ਲਈ ਆਪਣੇ ਘਰਾਂ ਦੇ ਵਿੱਚ ਰਹਿਣ।